देश दुनिया च वसदे पंजाबियों नूं खुशामदीद। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सरदार नरेंद्र पाल सिंह। सरदार साहब, आ कैप्टन साहब की कैबिनेट नहीं जुड़ी, बड़े दिन हो गए, मुहूर्त नहीं निकलिया होना, वैसे भी दिन सलाबे ते चल रहे ने। इधर राणा के पी जिहड़े स्पीकर साहब ने पंजाब दे जी, वह राहुल गांधी कोल प्रगट हो गए, वड्डा हिंदू चेहरा ने। देखो जदों वोट राजनीति जात आधारित हो गई है तो फिर कांग्रेस पिछे नहीं रह सकती, कोई वड्डी गल नहीं, कोई नवा एलिवेशन निकला। बिल्कुल उधरले बन्ने कालिया ने बिक्रम सिंह मजीठिया नूं अगे कीता, फिर सिद्धू दे प्रधान साहब कि छुट्टी ते तुसीं आप ही कहा सी कि प्रधान साहब नूं दिल्ली भी वेखनी चाहीदी आ। नहीं, वह दिल्ली तो किसानी मामलों च दिसदे ने जी, लेकिन पंजाबों छुट्टी ते ने। देखो ये तो हुण मौका देणगे ना, थोड़ा बहुत जिहड़ा सिर कढ़ चेहरा होवे उहनूं भी अगे काम करन दा मौका मिलना चाहीदा। कुदरती है, पीढ़ी परिवर्तन तो चलते रहिंदे। बिल्कुल, लेकिन जेकर आम आदमी पार्टी तो देखो सिद्धू कांग्रेस के पक्के पैरी हो गए, आप वालिया ने अजे अपने सख्ती वाला माहौल नहीं छड्डिया, मैनूं लगदा सिख चेहरा लभदे हुण। हाँ, चेहरा तलाशण भी हो सकदा, तलाशण का मौका नहीं है, छांगण की आवाज साढ़े कोल हैगी आ। हाँ, बड़े छांगले। हाँ, ते पर हुण कोई पैदा भी कर लो, बिल्कुल कोई ग्रूम भी कर लो, कोई अगे वधा लो, सुझा आ दिल्ली वाल नूं मुंह करके कहना ही पैना एक बार। आ नहीं, माई बाप हजूर बिल्कुल लफ्ज़ तां घड़े घड़ाए होंदे आ, जिहड़ियां हाई कमांड्स ते कल्चर आ उत्थे बहुता कोई तां करना ही नहीं, बिल्कुल जी हजूरी होंदी आ। हां, आ करदे ही आउंदे आ, सब सब पासे इहो ही आ, केंद्र तों सर केंद्र तों चलदियां लहरां उदां ही तुरियां आउंदियां। बिल्कुल, आ अकालीए ओरिजिनल सीगे सुखबीर होणा ने जाण बुझ के भारतीय जनता पार्टी ते अगे लम्मे पै के अपनी होंद हस्ती घटा ली, ਜਦੋਂ ਮੁੜੇ ਹੁਣ ਕੱਦ ਤਲਾਸ਼ਦੇ ਫਿਰਦੇ ਲੱਭਦੇ ਫਿਰਦੇ। ਬਿਲਕੁਲ, ਖੈਰ ਕਾਂਗਰਸ ਦੇ ਵਿੱਚ ਸਭ ਅੱਛਾ ਹੋਣ ਦਾ ਨਜ਼ਰ ਆ ਰਿਹਾ, ਕਾਂਗਰਸ ਦੇ ਵਿੱਚ ਹਰ ਅੱਛਾ ਹੈ ਇਹ ਦਾਅਵਾ ਨਹੀਂ ਕੀਤਾ ਜਾ ਸਕਦਾ, ਮੁਲਾਕਾਤਾਂ ਜਿੰਨੀਆਂ ਮਰਜ਼ੀ ਹੋ ਜਾਣ, ਲੇਕਿਨ ਜੇ ਥੋੜਾ ਜਿਹਾ ਭਾਰ ਪਾਓਗੇ ਚੇਤਿਆਂ ਤੇ, ਕਿੰਨੇ ਹੀ ਦਿਨ ਹੋ ਗਏ ਕਦੇ ਰਵੀਨ ਠੁਕਰਾਲ ਸਾਹਿਬ ਦੀ ਕੋਈ ਸਟੇਟਮੈਂਟ ਨਹੀਂ ਆਈ ਕਿ ਕੈਬਨਿਟ ਜੁੜੀ ਸੀ ਤੇ ਪੰਜਾਬ ਲਈ ਆ ਆ ਫੈਸਲੇ ਹੋ ਗਏ, ਜਦੋਂ ਦਾ ਕਲੇਸ਼ ਸਿਖਰ ਤੇ ਗਿਆ ਫਿਰ ਹੌਲੀ ਹੌਲੀ ਡਿਸੋਲਵ ਹੋਇਆ ਸਿੱਧੂ ਸਾਹਿਬ ਦੀ ਤਾਜਪੋਸ਼ੀ ਤੱਕ, ਤੇ ਹੁਣ ਉਸ ਤੋਂ ਬਾਅਦ ਕਈ ਦਿਨ ਬੀਤ ਗਏ, ਕੋਈ ਕਨਸੋ ਨਹੀਂ ਕਿ ਕੈਬਨਿਟ ਦੇ ਸਾਥੀਆਂ ਨਾਲ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਮੁੱਦਿਆਂ ਤੇ ਕੋਈ ਗੱਲ ਕਰਦੇ ਨਜ਼ਰ ਆਉਣ। ਉਮੂਮਨ 15 ਕੁ ਦਿਨਾਂ ਬਾਅਦ ਮੀਟਿੰਗ ਹੋ ਜਾਇਆ ਕਰਦੀ ਸੀ, ਤੇ ਮੈਨੂੰ ਇੰਝ ਲੱਗਦਾ ਅਜੇ ਮੰਤਰੀਆਂ ਨਾਲ ਆਪਸੀ ਜਿਹੜੇ ਮਤਭੇਦ ਤੇ ਮਨਭੇਦ ਆ ਅਜੇ ਮਿਟੇ ਨਹੀਂ, ਅਜੇ ਖੜੇ ਲੱਗਦੇ। ਨਹੀਂ, ਅਜੇ ਤੱਕ ਤੇ ਕਪਤਾਨ ਸਾਹਿਬ ਦੇ ਹਾਈਕਮਾਨ ਨਾਲ ਜਿਹੜੇ ਮਤਭੇਦ ਆ ਜਾਂ ਮਨ ਮੁਟਾਓ ਜਿਹੜਾ ਕੋਈ ਤੁਰਿਆ ਆਉਂਦਾ ਸੀ ਕਿਣਕਾ ਮਾਤਰ ਜਿਹਾ, ਅਜੇ ਤੇ ਉਹਦੇ ਬਾਰੇ ਵੀ ਸਪਸ਼ਟ ਨਹੀਂ ਹੋਇਆ, ਕਿਉਂਕਿ ਜਿਹੜੇ ਮੁੱਦਿਆਂ ਤੇ ਕੈਬਨਿਟ ਦੇ ਵਿਚਾਰ ਕਰਨੀ ਸੀ ਉਹ ਤੇ ਸਾਰੇ ਦਿੱਲੀ ਜਦਬਾ ਤੇ ਤੁਰੇ ਫਿਰਦੇ ਸੀ। ਆ ਤੁਹਾਡਾ ਮਤਲਬ ਵੈਸੇ ਮੁੱਦੇ ਵੀ ਤਾਂ ਜਦੋਂ ਅਗਲਿਆਂ ਦੇ ਉੱਤੇ, ਹੁਣ ਆਪਣੀ ਕੈਬਨਿਟ ਦੇ ਵਿੱਚ ਵੀ ਤਾਂ ਉਹੀ ਮੁੱਦੇ ਆਉਣੇ। ਹਾਂ, ਹੁਣ ਕੱਲ੍ਹ ਜਿਹੜੀ 5 ਮੈਂਬਰੀ ਕਮੇਟੀ ਗਈ ਸੀ ਉਹਨ ਮੁੱਦੇ ਸਾਹਮਣੇ ਰੱਖੇ, ਕਪਤਾਨ ਸਾਹਿਬ ਨੇ ਬੜੇ ਧੀਰਜ ਨਾਲ ਕਿਹਾ ਅਸੀਂ ਇਹਨਾਂ ਤੇ ਕੰਮ ਕਰ ਰਹੇ ਹਾਂ, ਆਲਰੇਡੀ ਕਰ ਰਹੇ ਹਾਂ ਕਰ ਰਹੇ ਹਾਂ। ਅੱਛਾ, ਮੈਨੂੰ ਕਿਉਂਕਿ ਇੰਝ ਲੱਗਦਾ ਕਿ ਜੇ ਕੈਬਨਿਟ ਦੀ ਮੀਟਿੰਗ ਨਹੀਂ ਹੋਈ ਜੀ, ਕਿਤੇ ਕੈਪਟਨ ਸਾਹਿਬ ਦਾ ਮਨ ਤਾਂ ਨਹੀਂ ਕਿ ਨਵੇਂ ਸਾਥੀ ਆ ਜਾਣ, ਫੇਰ ਬਦਲ ਕੋਈ ਕਰ ਹੀ ਲਈਏ ਜੀ, ਤਬਾਦਲੇ ਹੋ ਜਾਣ, ਫੇਰ ਹੀ ਨਵੇਂ ਮਹਿਕਮਿਆਂ ਨਾਲ ਮੰਤਰੀਆਂ ਨੂੰ ਮਿਲਾਂਗੇ, ਕੁਝ 2-4 ਚਿਹਰੇ ਅੱਗੇ ਆ ਜਾਣ ਜੀ। ਜਿਹੜਾ ਰਾਣਾ ਕੇਪੀ ਜੀ ਦਾ ਫੋਟੋ 'ਚ ਰਾਹੁਲ ਗਾਂਧੀ ਨਾਲ ਨਜ਼ਰ ਆਉਣਾ, ਉਹਨਾਂ ਦੀ ਮੀਟਿੰਗ ਦਾ ਜਿਹੜਾ ਰਹੱਸ ਹੈ ਹੌਲੀ ਹੌਲੀ ਪਰਦਾ ਚੱਕਿਆ ਜਾਊਗਾ। ਸਟੇਟਮੈਂਟ ਤਾਂ ਇਹ ਦੱਸਦੀ ਆ, ਉਹ ਕਹਿੰਦੇ ਜੀ ਅਜੇ ਵੀ ਕੈਪਟਨ ਅਮਰਿੰਦਰ ਸਿੰਘ ਕਦਾਵਰ ਨੇ 2022 'ਚ ਸਮਰੱਥਾ ਆ ਅਗਵਾਈ ਦੇਣ ਦੀ। ਮੈਨੂੰ ਇੰਝ ਲੱਗਦਾ ਕਿ ਜਿਵੇਂ ਗੋਟੀਆਂ ਫਿੱਟ ਕੀਤੀਆਂ ਜਾ ਰਹੀਆਂ, ਪੈਂਤੜੇਬਾਜ਼ੀ ਹੋ ਰਹੀ ਆ, ਰਾਣਾ ਕੇਪੀ ਕੈਬਨਿਟ ਦੇ ਵਿੱਚ ਵੱਡੇ ਰੈਂਕ ਐਂਡ ਫਾਈਲ ਜਿਹਨੂੰ ਪੋਰਟਫੋਲੀਓ ਕਹਿੰਦੇ ਉਹਦੇ ਨਾਲ ਅੱਗੇ ਵੱਧਦੇ ਦਿਸਣਗੇ। ਹਿੰਦੂ ਚਿਹਰਿਆਂ ਨੂੰ ਨੁਮਾਇੰਦਗੀ, ਦਲਿਤ ਚਿਹਰਿਆਂ ਨੂੰ ਨੁਮਾਇੰਦਗੀ, ਇਹ ਕਾਫੀ ਕੁਝ ਬਦਲਣ ਵਾਲਾ ਹੈ। ਮੈਨੂੰ ਲੱਗਦਾ ਇਸ ਵਾਰੀ ਵੀ ਇਹ ਹਾਈ ਕਮਾਂਡ ਦੇ ਇਸ਼ਾਰਿਆਂ ਤੇ ਚੱਲੂ, ਜਿਹੜੀਆਂ ਮੁਲਾਕਾਤਾਂ ਦਾ ਸਿਲਸਿਲਾ ਹੋ ਸਕਦਾ ਅਗਲੇ ਦਿਨਾਂ 'ਚ ਅੱਗੇ ਵੱਧ ਜੇ, ਫਿਰ ਸ਼ਾਇਦ ਕੈਬਨਿਟ ਦੀ ਮੀਟਿੰਗ ਕਾਲ ਕੀਤੀ ਜਾਵੇ। ਦੋ ਚੀਜ਼ਾਂ ਬੜੀਆਂ ਤੁਹਾਡੇ ਸਾਹਮਣੇ ਸਾਫ਼ ਨੇ ਜੀ। ਸਭ ਤੋਂ ਪਹਿਲਾਂ ਅਕਾਲੀ ਦਲ ਨੇ ਕਿਹਾ ਸੀ ਕਿ ਅਸੀਂ 2 ਉਪ ਮੁੱਖ ਮੰਤਰੀ ਲਾਵਾਂਗੇ, ਨਾਲ ਦਲਿਤ ਚਿਹਰੇ ਦੀ ਗੱਲ ਕੀਤੀ ਜੀ। ਭਾਜਪਾ ਨੇ ਕਿਹਾ ਦਲਿਤ ਮੁੱਖ ਮੰਤਰੀ ਕਿਉਂ ਨਹੀਂ, ਆਮ ਆਦਮੀ ਪਾਰਟੀ ਸੋਚਦੀ ਸੀ ਅਸੀਂ ਵੀ ਕਰਾਂਗੇ ਕੁਛ, ਬਸਪਾ ਕਹਿੰਦੇ ਸੀ ਅਸੀਂ ਅੱਗੇ ਆ ਗਏ। ਕਾਂਗਰਸ ਨੇ ਆਰਾਮ ਨਾਲ 4 ਕਾਰਜਕਾਰੀ ਪ੍ਰਧਾਨ ਜਿਹੜੇ ਵਰਕਿੰਗ ਪ੍ਰਧਾਨ ਲਾਏ ਉਹਨਾਂ ਦੀ ਵੰਡ ਕਰ ਦਿੱਤੀ। ਉਹਨਾਂ ਕਿਹਾ ਤੁਸੀਂ ਸਲਾਹ ਕਰਦੇ ਹੋ ਸਾਡੇ ਕੋਲੋਂ, ਆ ਲਓ ਜੀ ਜੋ ਸਾਡੇ ਕੋਲ ਆ ਉਹਦੇ ਉਹ ਤੇ ਲਓ ਪਹਿਲਾਂ। ਹੁਣ ਗੱਲ
ਜਦੋਂ ਹਿੰਦੂ ਚਿਹਰੇ ਦੀ ਤੁਰੇਗੀ ਤੇ ਫਿਰ ਕਾਂਗਰਸ ਫਿਰ ਇੱਕ ਵਾਰ ਪਹਿਲ ਕਰਨ ਦੇ ਰੌਂ ਚ ਨਜ਼ਰ ਆਏ। ਸਰਦਾਰ ਸਾਹਿਬ ਸੰਗਠਨ ਚ ਤਾਂ ਚਲੋ ਚਾਰ ਵਰਕਿੰਗ ਪ੍ਰੈਜ਼ੀਡੈਂਟ ਲਾਤੇ ਜੀ, ਸਰਦਾਰ ਲਾਤਾ ਸਿੱਧੂ ਬਿਲਕੁਲ, ਲੇਕਿਨ ਜਿਹੜਾ ਸਰਕਾਰ ਦਾ ਚਿਹਰਾ ਹੈ ਉਹਦੇ ਵਿੱਚ ਹਿੰਦੂਆਂ ਨੂੰ ਅੱਗੇ ਵਧਾਉਣਾ, ਦਲਿਤਾਂ ਨੂੰ ਅੱਗੇ ਵਧਾਉਣਾ, ਰਾਜਕੁਮਾਰ ਵੇਰਕਾ ਵੀ ਇੱਥੇ ਮੂੰਹ ਸਵਾਰੀ ਫਿਰਦੇ ਆ। ਸਵਾਲ ਇਹ ਹੈ ਕਿ ਜਦੋਂ ਸਟੇਟਮੈਂਟ ਰਾਣਾ ਕੇ ਪੀ ਦੇ ਰਹੇ ਆ ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਬਾਅਦ, ਉਹ ਇਹ ਵੀ ਕਹਿੰਦੇ ਆ ਕਿ 2017 ਚ ਹਿੰਦੂਆਂ ਨੇ ਵਨ ਸਾਈਡਡ ਰੋਲ ਪਲੇ ਕੀਤਾ ਕਾਂਗਰਸ ਦੇ ਹੱਕ ਦੇ ਵਿੱਚ, ਭੁਗਤੀ ਆ ਹਿੰਦੂ ਕਮਿਊਨਿਟੀ ਜ਼ਿਆਦਾ, ਔਰ ਸਾਨੂੰ 2022 ਚ ਜਾਣ ਤੋਂ ਪਹਿਲਾਂ ਇਸ ਕਮਿਊਨਿਟੀ ਨੂੰ, ਇਸ ਧਿਰ ਨੂੰ ਇਗਨੋਰ ਕਰਨਾ ਵਾਰਾ ਨਹੀਂ ਖਾਂਦਾ। ਔਰ ਨਾਲ ਉਹ ਕੈਪਟਨ ਅਮਰਿੰਦਰ ਸਿੰਘ ਦਾ ਪੱਖ ਪੂਰਦੇ ਦੱਸਦੇ ਆ, ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਹੋ ਚੁੱਕੀ ਹੈ, ਉਹਨਾਂ ਨੂੰ ਇੱਕ ਆਪਣਾ ਸਥਾਨ ਮਿਲ ਗਿਆ, ਉਹਨਾਂ ਦੀ ਆਪਣੀ ਟੀਮ ਬਣ ਚੁੱਕੀ ਹੈ, ਟੀਮ ਕੁਦਰਤੀ ਤੌਰ ਤੇ ਜਿੰਨੇ MLA ਸੀ ਮੰਤਰੀ ਸੀਗੇ, ਹੁਣ ਜਿਹੜਾ ਰੀਸ਼ਫਲ ਦੀ ਗੱਲ ਆਉਂਦੀ ਆ, ਵਜ਼ਾਰਤੀ ਫੇਰਬਦਲ ਦੀ ਗੱਲਬਾਤ ਆਉਂਦੀ ਆ, ਉਹਦੇ ਵਿੱਚ ਕੀ ਹਾਈਕਮਾਂਡ ਉਸੇ ਤਵਾਜਨ ਨੂੰ ਕਾਇਮ ਰੱਖੂਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਸਟਰੈਂਥਨ ਕੀਤਾ ਜਾਵੇ, ਉਹਦੇ ਬੰਦਿਆਂ ਨੂੰ ਵਧਾਇਆ ਜਾਵੇ ਅੱਗੇ, ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਫ੍ਰੀ ਹੈਂਡ ਦਿੱਤਾ ਜਾਊਗਾ ਕਿ ਇੱਕ ਧਿਰ ਅਸੀਂ ਸੰਗਠਨ ਦੇ ਰੂਪ ਚ ਸਿੱਧੂ ਨੂੰ ਦੇਤੀ ਆ, ਦੂਜੀ ਆਪਣੀ ਟੀਮ ਤੁਸੀਂ ਖੁਦ ਚੁਣ ਲਓ। ਔਰ ਕੀ ਰਾਣਾ ਕੇਪੀ ਜਦੋਂ ਰਾਹੁਲ ਗਾਂਧੀ ਨੂੰ ਮਿਲਦੇ ਆ ਤਾਂ ਉਹ ਐਡਵੋਕੇਸੀ ਕੈਪਟਨ ਅਮਰਿੰਦਰ ਸਿੰਘ ਦੀ ਕਰਨ ਗਏ ਆ, ਬਤੌਰ ਸਪੀਕਰ ਮਿਲਣ ਗਏ ਆ, ਜਾਂ ਪ੍ਰਦੇਸ਼ ਕਾਂਗਰਸ ਦੇ ਹਿੰਦੂ ਚਿਹਰੇ ਵਜੋਂ ਉਹ ਸੀਨੀਅਰ ਆਗੂ ਹੋਣ ਦੀ ਹੈਸੀਅਤ 'ਚ ਰਾਹੁਲ ਗਾਂਧੀ ਨੂੰ ਮਿਲਿਆ? ਇਹ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ, ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ, ਲੇਕਿਨ ਜਿਹੜੇ ਸੰਕੇਤ ਆ ਉਹ ਇਹ ਨੇ ਕਿ ਅਗਲੇ ਦਿਨਾਂ ਦੇ ਵਿੱਚ ਵਜ਼ਾਰਤੀ ਫੇਰਬਦਲ ਨੂੰ ਲੈ ਕੇ ਲਗਭਗ ਪਾਰਾ ਸਿਖਰ ਤੇ ਰਹੂਗਾ, ਕੁਝ ਡਰ ਬਣੇ ਰਹਿਣਗੇ, ਕਈਆਂ ਨੂੰ ਅਹੁਦੇ ਖੁੱਸਣ ਦਾ ਡਰ ਹੋਊਗਾ, ਕਈਆਂ ਦੀ ਆਸ ਵੱਧਦੀ ਰਹੂਗੀ ਕਿ ਸ਼ਾਇਦ ਮੈਂ ਵੀ ਕੈਬਨਿਟ ਰੈਂਕ 'ਚ ਆ ਜਾਵਾਂ, ਸ਼ਾਇਦ ਮੈਂ ਮੇਰੇ ਵੀ ਬੱਚੇ ਘਰ ਦੇ ਬਾਹਰ ਸਾਡੇ ਪਾਪਾ ਜੀ ਮੰਤਰੀ ਨੇ ਜਾਂ ਦਾਦਾ ਜੀ ਮੰਤਰੀ ਨੇ। ਮੈਨੂੰ ਇੰਝ ਲੱਗਦਾ ਕਿ ਪੰਜਾਬ ਦੇ ਮੁੱਦਿਆਂ ਵੱਲ ਅਜੇ ਵੀ ਕੰਢ ਕੀਤੀ ਜਾ ਰਹੀ ਆ, ਅਜੇ ਵੀ ਬੁਨਿਆਦੀ ਮੁੱਦੇ ਐਡਰੈਸ ਹੋਣੋਂ ਪਿੱਛੇ ਨੇ। ਅਜੇ ਗੱਲ ਇਹ ਨਹੀਂ ਗੀ ਬੇਅਦਬੀ ਮਾਮਲੇ 15 ਤੋਂ ਬਾਅਦ ਹੁਣ ਤੱਕ ਹੋਣ ਜਾਂ ਨਾ ਹੋਣ, ਇੰਨੇ ਕੁ ਪਾਣੀ ਵਹਿ ਗਿਆ ਲੋਕਾਂ ਦੇ ਮਨ ਦੇ ਅੰਦਰ, ਇਹ ਗੱਲ ਘਰ ਘਰ ਗਈ ਹੈ ਕਿ ਇਨਸਾਫ਼ ਨਹੀਂ ਮਿਲਦੇ ਇੱਥੇ। ਦੂਜੇ ਬੰਨੇ ਡਰੱਗਸ ਨੂੰ ਲੈ ਕੇ ਕਈ ਧੂੜਾਂ ਉੱਡੀਆਂ ਤੇ ਬਹਿ ਗਈਆਂ, ਹੁਣ ਜੇਕਰ ਖਰੋਚ ਖਰੋਚ ਕੇ ਵੀ ਲਾਓਗੇ ਲੋਕਾਂ ਦੇ ਮਨ ਤੇ ਅਸਰ ਹੋ ਗਿਆ, ਕਿਸੇ ਨੇ ਕੱਖ ਨਹੀਂ ਕਰਨਾ। ਇਹ ਸਾਰੇ ਉਹ ਮੁੱਦੇ ਨੇ, ਲੇਕਿਨ ਤੁਸੀਂ ਸਟੇਟ ਨੂੰ ਕਿਵੇਂ ਅੱਗੇ ਵਧਾਉਣਾ, ਸਟੇਟ ਦੇ ਵਿਦੇਸ਼ ਨੂੰ ਭੱਜੇ ਜਾਂਦੇ ਬੱਚਿਆਂ ਨੂੰ ਰੋਕਣ ਲਈ ਕੀ ਕਰਨਾ, ਇੰਡਸਟਰੀ ਦੇ ਹਿਜਰਤ ਕਰ ਜਾਣ ਨੂੰ ਰੋਕਣ ਲਈ ਤੁਹਾਡੇ ਕੋਲ ਕੀ ਬਲੂ ਪ੍ਰਿੰਟ ਆ? ਤੁਹਾਡੇ ਕੋਲ ਕੁਛ ਵੀ ਨਹੀਂ, ਤੁਹਾਡੇ ਲੀਕੇਜ ਇੰਨੀ ਜ਼ਿਆਦਾ ਹੈ, ਤੁਹਾਡੇ ਰੋਜ਼ ਨਵੇਂ ਸਕੈਂਡਲ ਸਾਹਮਣੇ ਆ ਰਹੇ ਆ, ਕੈਪਟਨ ਅਮਰਿੰਦਰ ਸਿੰਘ ਨੂੰ ਥੋੜੀ ਜਾਨ ਨਾਲ ਸਟੈਪ ਲੈਣੇ ਪੈਣਗੇ, ਤੁਹਾਨੂੰ ਕੀ ਲੱਗਦਾ? ਜਿੱਥੋਂ ਤੱਕ ਤੁਸੀਂ ਗੱਲ ਕਰਦੇ ਹੋ ਨਾ ਪੰਜਾਬ ਦੇ ਮੁੱਦਿਆਂ ਦੀ, ਇਹਦੇ ਬਾਰੇ ਤੇ ਤੁਸੀਂ ਜਿਹਨੂੰ ਕਹਿੰਦੇ ਕਿ ਨਾ ਹੀ ਬੋਲੋ ਚੋਪੀ ਭਲੇ ਆ ਜੀ, ਜੇ ਗੱਲ ਕੀਤੀ ਜਾਏਗੀ ਪੰਜਾਬ ਦੇ ਵਿੱਚ ਹਿੰਦੂ ਭਾਈਚਾਰੇ ਨੂੰ ਥੋੜੀ ਬਹੁਤਾ ਸਾਥ ਦੇਣ ਲਈ ਸੱਤਾ ਦੇ ਵਿੱਚ, ਤੇ ਫਿਰ 15 ਸਾਲ ਅਕਾਲੀ ਦਲ ਨੇ ਰਾਜ ਕੀਤਾ ਜੀ, ਭਾਜਪਾ ਭਾਈਵਾਲ ਸੀ, ਕਿਹੜੀ ਕਾਰਪੋਰੇਸ਼ਨ ਪੰਜਾਬ ਦੀ, ਕਿਹੜਾ ਟਰੱਸਟ ਜੀ ਜਿਹਦੀ ਮਲਾਈਦਾਰ ਚੇਅਰਮੈਨੀ ਜਿਹੜੀ ਸੀ ਉਹ ਭਾਜਪਾ ਕੋਲ ਨਹੀਂ ਸੀ, ਆ ਤਾਂ ਕੁਦਰਤੀ ਉਹ ਤਰਜਮਾਨ ਸੀਗੇ ਹਿੰਦੂ ਕਮਿਊਨਿਟੀ ਦੇ, ਉਹਨਾਂ ਦੇ ਤਰਜਮਾਨ ਸੀ। ਲੇਕਿਨ ਜਿੱਥੇ ਬਦਲਾਅ ਕਾਂਗਰਸ ਨੂੰ ਲੱਗਦਾ ਪਿਆ ਕਿ 2017 ਦੇ ਵਿੱਚ ਭਾਜਪਾ ਜਿਹੜੀ ਸੀ, ਭਾਜਪਾ ਵੀ ਦੋਸ਼ ਲਾਉਂਦੀ ਆ ਕਿ ਅਕਾਲੀ ਦਲ ਦਾ ਗਲਤ ਫੈਸਲਾ ਸੀ, ਸਾਨੂੰ ਨੁਕਸਾਨ ਹੋਇਆ ਜੀ, ਹੁਣ ਭਾਜਪਾ ਦੁਬਾਰਾ ਆਪਣੀ ਰਿਵਾਈਵਲ ਕਰ ਰਹੀ ਹੈ, ਆਖਿਰਕਾਰ ਉਹ ਵੀ ਤੇ ਹਿੰਦੂ ਚਿਹਰੇ ਤਲਾਸ਼ ਰਹੀ ਜੀ, ਉਹਨਾਂ ਕੋਲ ਵੀ ਸਿੱਖ ਚਿਹਰੇ ਹੋਣਗੇ, ਜ਼ਰੂਰ ਹੋਣਗੇ, ਲੇਕਿਨ ਉਂਗਲਾਂ ਉਹਨਾਂ ਦਾ ਦਾਰੋਮਦਾਰ ਸਾਰਾ ਇੱਕ ਖਾਸ ਧਰੁਵੀਕਰਨ ਤੇ, ਬਿਲਕੁਲ, ਲੇਕਿਨ ਕਿਤੇ ਨਾ ਕਿਤੇ ਭਾਜਪਾ ਨੂੰ ਵੀ ਲੱਗਦਾ ਕਿ ਜੋ ਇਸ ਵੇਲੇ ਦੇਸ਼ ਦੀ ਨੀਤੀ ਆ, ਜਿਹਦਾ ਵਪਾਰੀ ਵਰਗ ਜਿਹੜਾ ਡਿਸਟੇਬਲ ਹੋਇਆ ਪਿਆ ਜੀ, ਇਸ ਕਰਕੇ ਉਹ ਕਹਿੰਦੇ ਕਿ ਜਿਹੜੀ ਧਿਰ ਤਿੜਕ ਰਹੀ ਆ ਉਹਦੇ ਚੋਂ ਥੋੜਾ ਜਿਹਾ ਹਿੱਸਾ ਕੱਢ ਲਓ। ਇਕੱਲਾ ਰਾਣਾ ਕੇਪੀ ਨਹੀਂ ਬੋਲਦੇ ਪਏ, ਤੁਹਾਨੂੰ ਯਾਦ ਆ ਜਦੋਂ ਕਿਤੇ ਇੰਸਪੈਕਸ਼ਨ ਹੁੰਦੀ ਨਾ ਸਕੂਲ ਦੇ ਵਿੱਚ ਜੀ, ਆਪਣੇ ਨਿਆਣੇ ਵੱਖਰੇ ਖੜੇ ਹੁੰਦੇ ਸੀ, ਜੇ ਕੋਈ ਸਵਾਲ ਪੁੱਛੇ ਮੈਂ ਦਵਾਂ ਜੀ, ਹਾਂ ਪਹਿਲਾਂ ਸਿਖਾਏ ਹੁੰਦੇ ਸੀ, ਮੈਂ ਜਵਾਬ ਦਵਾਂ ਜੀ, ਪਤਾ ਹੁੰਦਾ ਸੀ ਕਿ ਪਾਣੀ ਉਹਨ ਤਰੌਂਕਿਆ, ਲੇਕਿਨ ਪਾਣੀ ਦਾ ਸਿਹਰਾ ਜਿਹੜਾ ਸੀ ਉਹ ਦੂਜੇ ਦੀ ਗੱਲ ਪਾਉਣਾ ਹੁੰਦਾ ਸੀ। ਸੋ ਇਹ ਇੱਕ ਨੀਤੀ ਆ ਜਿਹਨੂੰ ਸਮਝਣ ਲਈ ਤੁਹਾਨੂੰ ਬਹੁਤੇ ਦਿਨ ਨਹੀਂ ਲੱਗਣਗੇ, ਜਲਦੀ ਜਵਾਬ ਮਿਲ ਜਾਏਗਾ। ਅਸੀਂ ਵਰਗ ਵੰਡ ਦੇ ਹੱਕ 'ਚ ਨਹੀਂ, ਅਸੀਂ ਇਹਨੂੰ ਕੋਈ ਪ੍ਰਮੋਟ ਨਹੀਂ ਕਰ ਰਹੇ ਕਿ ਸਮਾਜ ਵਰਗਾਂ 'ਚ ਵੰਡ ਕੇ ਅੱਗੇ ਵਧੇ,
ਅਸੀਂ ਕਿਸੇ ਧਰਮ ਵਿਸ਼ੇਸ਼ ਨੂੰ ਫੋਕਸ ਰੱਖ ਕੇ ਗੱਲ ਨਹੀਂ ਕਰਦੇ, ਲੇਕਿਨ ਜੋ ਸਿਆਸਤਦਾਨਾਂ ਦਾ ਐਕਟ ਆ ਅਸੀਂ ਤਾਂ ਉਹਦੇ ਤੇ ਪ੍ਰਤੀਕਿਰਿਆ ਵਜੋਂ ਗੱਲ ਕਰ ਰਹੇ ਹਾਂ। ਦੇਖੋ ਭਾਰਤੀ ਜਨਤਾ ਪਾਰਟੀ ਕਿਸ ਵਿਚਾਰਧਾਰਾ ਤੋਂ ਅੱਗੇ ਵੱਧਦੀ ਆ ਉਹਦਾ ਲੈਣ ਦੇਣ ਸ਼ਾਇਦ ਬਹੁਤਾ ਜ਼ਿਆਦਾ ਸਾਨੂੰ ਨਹੀਂ। ਅਕਾਲੀ ਦਲ ਸਿੱਖਾਂ ਦੇ ਤਰਜਮਾਨ, ਸਾਨੂੰ ਉਹਦੇ ਨਾਲ ਫਰਕ ਨਹੀਂ ਪੈਂਦਾ। ਅੱਜ ਕੱਲ ਹਰ ਕੋਈ ਵੋਟ ਦਾ ਤਰਜਮਾਨ ਹੈ, ਅੱਜ ਕੱਲ ਕੋਈ ਧੜੇ ਦਾ ਖਿਆਲ ਦਾ ਆਈਡੀਆਜ਼ ਤਾਂ ਪਿੱਛੇ ਰਹਿ ਗਏ, ਸੋਚ ਵਿਚਾਰਧਾਰਾ ਤਾਂ ਖੁਰ ਖਰ ਗਈ। ਜਿੰਨੇ ਵਰਲਡ ਦੇ ਵਿੱਚ ਲੋਕਤੰਤਰ ਨੇ, ਡੈਮੋਕ੍ਰੇਸੀ ਜਿੱਥੇ ਵੀ ਹੈ, ਉਹ ਕਹਿੰਦੇ ਨੇ ਕਿ ਪੀਪਲ ਕਾਸਟ ਦਾ ਵੋਟ ਜੀ, ਕਿ ਲੋਕ ਵੋਟ ਪਾ ਰਹੇ ਨੇ। ਲੇਕਿਨ ਹਿੰਦੁਸਤਾਨ ਬਾਰੇ ਉਹ ਕਹਿੰਦੇ ਨੇ ਪੀਪਲ ਵੋਟ ਦਾ ਕਾਸਟ, ਕਿ ਲੋਕ ਜਾਤ ਨੂੰ ਵੋਟ ਪਾਉਂਦੇ ਨੇ। ਤੁਹਾਡੇ ਸਾਹਮਣੇ ਆ, ਪਤਾ ਲੱਗਦਾ ਇਹ ਜਾਟ ਬਰਾਦਰੀ ਉਸ ਹਲਕੇ 'ਚ ਖੜਾ ਹੋਏਗਾ, ਇਹ ਇਸ ਬਰਾਦਰੀ ਦਾ ਇਸ ਹਲਕੇ ਦਾ ਉਮੀਦਵਾਰ ਹੋਏਗਾ, ਇਹ ਇਸ ਬਰਾਦਰੀ ਦੀ ਵੋਟ ਇੱਥੇ ਜ਼ਿਆਦਾ, ਇੱਥੇ ਇਹਨੂੰ ਖੜਾ ਕਰੋ। ਸਾਰਾ ਕੁਛ ਜਿਹੜਾ ਉਹ ਪਹਿਲਾਂ ਤੈਅਸ਼ੁਦਾ ਹੁੰਦਾ। ਅਸਲ 'ਚ ਜਿਹੜੀ ਜਿਸ ਤਰ੍ਹਾਂ ਦੀ ਤੁਹਾਡੀ ਲੀਡਰਸ਼ਿਪ ਜੀ, ਜਿਸ ਤਰ੍ਹਾਂ ਦੇ ਤੁਹਾਡੇ ਆਗੂ, ਉਸੇ ਤਰ੍ਹਾਂ ਦਾ ਸਮਾਜ, ਬਿਲਕੁਲ ਉਸੇ ਤਰ੍ਹਾਂ ਦਾ ਪ੍ਰਚਾਰ ਹੈ, ਤੇ ਉਸੇ ਤਰ੍ਹਾਂ ਦਾ ਲੋਕਾਂ ਦੇ ਮਨ ਹੋ ਜਾਂਦੇ। ਬਿਲਕੁਲ ਸਾਡੀ ਲੜਾਈ ਸਾਡੇ ਮੂੰਹ 'ਚ ਪਾਈ ਗਈ, ਸਾਡੇ ਠੋਸੀ ਗਈ, ਸਾਨੂੰ ਦੱਸਿਆ ਜਾਂਦਾ ਕਿ ਆਹ ਇੰਜ ਆ ਤੇ ਆਹ ਇੰਜ ਆ। ਜੇਕਰ ਤੁਸੀਂ ਰਾਜਨੀਤੀ ਸਿਰਫ ਤੇ ਸਿਰਫ ਸਟੇਟ ਨੂੰ ਅੱਗੇ ਵਧਾਉਣ ਲਈ ਕਰੋ, ਰਾਜਨੀਤੀ ਦੇ ਤੁਹਾਡੇ ਕੋਲ ਮੁੱਦੇ ਹੋਣ, ਤੁਸੀਂ ਲੋਕਾਂ ਕੋਲ ਵੋਟ ਲੈਣ ਜਾਂਦੇ ਹੋ ਤੇ ਤੁਸੀਂ ਲੋਕਾਂ ਲਈ ਕੀ ਕਰ ਰਹੇ ਹੋ ਉਹੀ ਅੱਗੇ ਰੱਖੋ। ਇਹ ਤਾਂ ਬਹੁਤ ਬੀਤੇ ਦੀ ਗੱਲ ਹੋ ਗਈ, ਮੈਨੂੰ ਯਾਦ ਹੀ ਨਹੀਂ ਚੋਣ ਮੈਨੀਫੈਸਟੋ 3 ਦਿਨ ਪਹਿਲਾਂ ਬਣਦਾ, ਜਿੱਦਣ ਤੁਸੀਂ ਦੇਖਿਆ ਹੀ ਆ ਇਲੈਕਸ਼ਨ ਦੇ ਮਹੀਨੇ ਦੇ ਅੰਦਰ ਅੰਦਰ ਆਉਂਦਾ ਹੁਣ। ਬਿਲਕੁਲ, ਕਿਉਂਕਿ ਸਾਰਿਆਂ ਨੂੰ ਡਰ ਹੁੰਦਾ ਯਾਰ ਮੇਰਾ ਉਫਲਾਣਾ ਨਾ ਚੋਰੀ ਕਰ ਲੈ। ਜੇ ਮੈਂ ਕੁਛ ਕਹਿਤਾ, ਮੰਨ ਲਓ ਅਕਾਲੀ ਦਲ ਵਾਲੇ ਸੋਚਦੇ ਅੱਛਾ ਜੇ ਅਸੀਂ ਚੋਣ ਮੈਨੀਫੈਸਟੋ ਦਿੱਤਾ, ਇਹ ਨਾ ਹੋਵੇ ਕਾਂਗਰਸ ਉਹਦੇ ਨਾਲੋਂ ਵੱਧ ਰਿਆਇਤਾਂ ਦੇ ਜੇ, ਵੱਡੇ ਦਾਅਵੇ ਹੀ ਕਰਨੇ ਆ, ਚਪਾ ਦਿਓ ਜੀ 4 ਲਾਈਨਾਂ। ਉਹ ਕਹਿੰਦੇ ਅਸੀਂ 5100 ਦੇਵਾਂਗੇ, ਇਹ ਕਹਿੰਦੇ ਨਾ ਨਾ ਜੀ ਅਸੀਂ 11000 ਦੇਵਾਂਗੇ। ਗੱਲ ਤਾਂ ਫਿਰ ਉੱਥੇ ਹੋ ਗਈ ਕਿ ਅਗਰ ਜਿਹੜੀ ਆਵਾਜ਼ ਉੱਠ ਰਹੀ ਆ ਕਿ ਚੋਣ ਮੈਨੀਫੈਸਟੋ ਕਾਨੂੰਨੀ ਮਾਨਤਾ ਦਿਓ ਇਹਨੂੰ, ਫਿਰ ਜਲਵਾ ਦੇਖੋ, ਫਿਰ ਕੋਈ ਨਹੀਂ ਬੋਲੇਗਾ। ਫਿਰ ਤੇ ਕਹਿਣਗੇ ਜੀ 3 ਲੱਖ ਕਰੋੜ ਨਾਲ ਇਹ ਭੁੱਖੇ ਆ ਤੇ ਅਸੀਂ ਭੁੱਖੇ ਹਾਂ ਜੀ, ਬਸ ਸਾਡਾ ਹਿੱਸਾ ਨਹੀਂ ਕੋਈ, ਅਸੀਂ ਲਾਇਆ ਨਹੀਂ, ਪੈਸਾ ਨਹੀਂ ਖਰਚਿਆ, ਪਰ ਹੈਗੇ ਅਸੀਂ ਭੁੱਖੇ ਹੀ ਹਾਂ। ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਪੋਸਟ ਕੋਵਿਡ ਕੁਝ ਮੁਸ਼ਕਲਾਂ ਸੀਗੀਆਂ ਵੀ ਇਹ ਕੋਵਿਡ ਲੰਘ ਜਾਊ ਤੇ ਉਸ ਤੋਂ ਬਾਅਦ ਪੰਜਾਬ ਦੀ ਇਕਾਨਮੀ ਪੈਰਾਂ ਸਿਰ ਖੜੀ ਕਿਵੇਂ ਹੋਵੇ, ਵੱਡੇ ਅਰਥਸ਼ਾਸਤਰੀ ਮੌਨਟੇਕ ਸਿੰਘ ਆਹਲੂਵਾਲੀਆ ਨਾਲ ਉਹਨਾਂ ਦੀ ਇੱਕ ਵੱਡੀ ਟੀਮ ਜਿਹੜੀ ਜੰਬੋ ਟੀਮ ਸੀਗੀ ਉਹਨੂੰ ਜਿੰਮਾ ਦਿੱਤਾ ਕਿ ਤੁਸੀਂ ਸਾਨੂੰ ਰਿਪੋਰਟ ਵੀ ਆ ਚੁੱਕੀ ਹੈ ਮੌਨਟੇਕ ਸਿੰਘ ਆਹਲੂਵਾਲੀਆ ਦੇ ਵੀ, ਉਹ ਜਿੰਮਾ ਦਿੱਤਾ ਸੀਗਾ ਕਿ ਤੁਸੀਂ ਦੱਸੋ ਕਿਵੇਂ ਅੱਗੇ ਵਧੀਏ। ਬਿਲਕੁਲ, ਮੌਨਟੇਕ ਸਿੰਘ ਹੋਰਾਂ ਵੀ ਕਈ ਗੱਲਾਂ ਕਰਤੀਆਂ। ਸਵਾਲ ਤਾਂ ਇਹ ਹੈ ਕਿ ਸਰਦਾਰ ਸਾਹਿਬ ਸਾਡੇ ਕਲਚਰ ਅਨੁਸਾਰ, ਸਾਡੀਆਂ ਭੂਗੋਲਿਕ ਜ਼ਰੂਰਤਾਂ ਅਨੁਸਾਰ, ਸਾਡੇ ਰਹਿਣ ਸਹਿਣ ਦੇ ਢੰਗ ਤਰੀਕਿਆਂ ਅਨੁਸਾਰ ਸਾਨੂੰ ਕਿਸ ਤਰੀਕੇ ਦੇ ਕੰਮ ਚਾਹੀਦੇ, ਸਾਨੂੰ ਕਿਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਚਾਹੀਦਾ ਤੇ ਸਾਨੂੰ ਕਿਸ ਤਰ੍ਹਾਂ ਦੀ ਮੰਡੀ ਚਾਹੀਦੀ ਹੈ। ਬਿਲਕੁਲ, ਇਹ ਅਸੀਂ ਡਿਸਾਈਡ ਬਿਹਤਰ ਕਰ ਸਕਦੇ ਹਾਂ, ਖੇਤੀ ਦੇ ਆਧਾਰਿਤ ਅਸੀਂ ਕਿਵੇਂ ਅੱਗੇ ਵੱਧ ਸਕਦੇ ਹਾਂ, ਇਹਦੇ ਤੇ ਕਿਸੇ ਨੇ ਪੂਣੀ ਨਹੀਂ ਕੱਤੀ। ਜਦੋਂ ਵੀ ਕੋਈ ਪਾਲਿਸੀ ਬਣਦੀ ਆ ਡਾਇਵਰਸੀਫਿਕੇਸ਼ਨ ਨੂੰ ਲੈ ਕੇ, ਐਗਰੋ ਬੇਸਡ ਸੰਤਾਂ ਨੂੰ ਲੈ ਕੇ, ਜਸਟ ਫਾਰਮੈਲਿਟੀ, ਕਿਸੇ ਨੇ ਕਦੇ ਨਹੀਂ ਨਿੱਠ ਕੇ ਗੱਲ ਕੀਤੀ। ਸਟੇਟ ਕਦੇ ਨਹੀਂ ਕਹਿੰਦੀ, ਮੰਨ ਲਓ ਸਰਦਾਰ ਸਾਹਿਬ ਸਟੇਟ ਕੋਲ ਇੰਨੇ ਸਥਾਨ ਪਏ ਨੇ, ਖਾਲੀ ਜਗ੍ਹਾ ਪਈਆਂ ਨੇ, ਆਹ ਹੁਣ JCT ਦੀ 125 ਕਰੋੜ ਦਾ ਜਿਹੜਾ ਰੌਲਾ ਪੈਂਦਾ, ਮੈਨੂੰ ਲੱਗਦਾ ਕਿ ਗਵਰਨਮੈਂਟ ਚਾਹੇ ਤੇ 5-10 ਹਜ਼ਾਰ 20 ਹਜ਼ਾਰ ਕਰੋੜ ਦਾ ਪ੍ਰਬੰਧ ਜਦੋਂ ਮਰਜ਼ੀ ਆਪਣੀਆਂ ਸਰਕਾਰੀ ਜ਼ਮੀਨਾਂ ਵੇਚ ਕੇ ਕਰ ਸਕਦੀ। ਗਵਰਨਮੈਂਟ ਚਾਹੁੰਦੀ ਤਾਂ ਉਹ ਲੋਕਾਂ ਨੂੰ 50% ਸਬਸਿਡੀ ਨਾਲ ਐਗਰੋ ਬੇਸਡ ਫਾਰਮ ਲਾਉਣ ਲਈ, ਇੰਡਸਟਰੀ ਲਾਉਣ ਲਈ ਉਹਨਾਂ ਨੂੰ ਐਪਰੀਸ਼ੀਏਟ ਕਰ ਸਕਦੀ ਸੀ, ਬੂਸਟ ਕਰ ਸਕਦੀ, ਫਿਰ ਜਿਹੜੀ ਵੀ ਪ੍ਰੋਡਕਸ਼ਨ ਹੁੰਦੀ ਆ ਉਹਨੂੰ ਖਰੀਦਣ ਦਾ ਜ਼ਿੰਮਾ ਲੈ ਕੇ ਇਸ ਤਰ੍ਹਾਂ ਦੀਆਂ ਕਾਰਪੋਰੇਸ਼ਨ ਬਣਾ ਕੇ ਐਕਸਪੋਰਟ ਨੀਤੀ ਦੇ ਤਹਿਤ ਭਾਵੇਂ ਦੇਸ਼ ਵਿੱਚ ਹੀ ਕਿਸੇ ਨੇ, ਕਿਉਂਕਿ ਔਖਾ ਕੰਮ ਆ, ਨਹੀਂ ਧਿਆਨ ਮੰਗਦਾ। ਹਾਂ, ਤੁਸੀਂ ਇਹ ਨਹੀਂ ਕਹਿ ਸਕਦੇ, ਉਹਨਾਂ ਨੇ ਪੂਰੀ ਮਿਹਨਤ ਕੀਤੀ, ਕੋਸ਼ਿਸ਼ਾਂ ਕੀਤੀਆਂ। ਆ ਤੁਹਾਡੇ ਜਿਹੜੀ ਬਿਜਲੀ ਥਰਮਲ ਪਲਾਂਟਾਂ ਦੇ ਸਮਝੌਤੇ ਆ, ਹਾਂ, ਤੁਹਾਡੇ ਸਾਹਮਣੇ ਆ ਜੀ। ਹੁਣ ਤੁਹਾਡੀ ਤਕਦੀਰ ਪੰਜਾਬ ਦੀ ਇਹੋ ਜਿਹੀ ਆ ਕਿ ਪੱਲਿਓ ਪਾ ਕੇ ਦੇਣ ਦੇ ਹੋ, ਭਾਵੇਂ ਥਰਮਲ ਪਲਾਂਟ ਬੰਦ ਹੋ ਜਾਣ, ਉਹਨਾਂ ਖਰਚਾ ਪੂਰਾ ਲੈਣਾ ਤੁਹਾਡੇ ਕੋਲ। ਗੱਲ ਠੀਕ ਹੈ, ਸੋ ਸਮਝੌਤੇ ਹੁੰਦੇ ਨੇ ਸਰ, ਉਹ ਬਗਾਨੇ ਨੇ। ਸੁਣੋ, ਜਿਹੜੇ ਪਾਵਰ ਪਲਾਂਟ ਲੱਗੇ ਆ ਜੀ, ਉਹ ਸਾਰੀਆਂ ਮਲਟੀਨੈਸ਼ਨਲ ਕੰਪਨੀਆਂ ਨਾ ਵੀ ਹੋਣ, ਜੇ ਨੈਸ਼ਨਲ ਕੰਪਨੀਆਂ ਸਾਰੀਆਂ ਬਾਹਰੋਂ ਆਈਆਂ। ਸਮਝੌਤਾ ਕਰਨ ਵਾਲੇ ਕੌਣ ਸੀ? ਉਹ ਤਾਂ ਆਪਣੇ ਸੀ। ਫਿਰ ਜਦੋਂ ਤੁਸੀਂ ਇੱਕ ਏਅਰ ਕੰਡੀਸ਼ਨ ਕਮਰੇ ਵਿੱਚ ਬੈਠ ਕੇ ਫੈਸਲਾ ਕਰ ਰਹੇ ਹੋ, ਕਿਹਦਾ? ਜਿਹੜਾ ਰੰਬਾ ਲੈ ਕੇ ਖੇਤਾਂ 'ਚ ਤੁਰਿਆ ਫਿਰਦਾ, ਉਹਦੇ ਭਵਿੱਖ ਦਾ। ਛੋਟੀਆਂ ਛੋਟੀਆਂ ਮੰਡੀਆਂ, ਤੁਹਾਨੂੰ ਯਾਦ ਹੋਣਾ
कि अगे हुंदा सी पेंडू मंडी शुरू हुई सी, किसान अपनी फसल उत्थों लिआउंदा सी, फल फ्रूट बेच दिंदा सी, कमाउंदा सी। हुण की हो रहा, कदे आलू सड़कां ते रोड़ने पैंदे आ, कदे प्याज नहीं लभदा। सदा प्रकाश सिंह बादल जदों मुख्यमंत्री बणदे आ, मेरे ख्याल उह दूजी वारी जां तीजी वारी बणदे आ, ते उदों उन्हां ने एक फोकल पॉइंट स्कीम लिआ। साडे पिंडों वी थोड़ा दूर 5-7 किलोमीटर ते अजे वी इक खंडर बणिआ, 20 दे करीब फोकल पॉइंट सी। मेरा ख्याल नहीं जिहड़े छोटे सी, 20 नहीं सी, उह तां सैकड़िआं च होणगे। ਉਹ ਕਲਸਟਰ ਬਣਾਤੇ ਗਏ ਕਿ 20 ਪਿੰਡ ਇਕੱਠੇ ਕਰਕੇ ਉਹਨਾਂ ਦਾ ਇੱਕ ਫੋਕਲ ਪੁਆਇੰਟ ਹੋਵੇ, ਉੱਥੇ ਮੰਡੀਆਂ, ਉੱਥੇ ਪੰਪ ਹੋਵੇ। ਆਖਰੀ ਸਾਲ ਸੀਗੇ 2006 ਦੇ ਵਿੱਚ, ਉਦੋਂ ਸਪੈਸ਼ਲ ਇਕਨੋਮਿਕ ਜ਼ੋਨ ਦਾ ਲਾਰਾ ਲਾਇਆ ਗਿਆ, ਉਹ ਵੀ ਸੀਗਾ SCZ। ਬੜਾ ਰੌਲਾ ਪਿਆ ਜੀ, ਕਿੱਥੇ ਚਲੇ ਗਏ, ਕਿੱਥੇ ਚਲੇ ਗਏ ਸਾਰੇ, ਹੁਣ ਨਜ਼ਰ ਨਹੀਂ ਆਉਂਦੇ। ਲੇਕਿਨ ਹਾਂ, ਇਹ ਗੱਲ ਜ਼ਰੂਰ ਹੈ ਕਿ ਤੁਸੀਂ ਕੈਬਨਿਟ ਦੀ ਮੀਟਿੰਗ ਕਰਦੇ ਹੋ ਸਕਦਾ ਅੰਦਰ ਬਹਿ ਕੇ ਕਰਨਾ ਹੋਵੇ ਵੀ ਭਾਈ 2022 ਦੇ ਵਿੱਚ ਕੀ ਪਰੋਸਣਾ ਆ। हाँ, देखो गल ये कि बड़ा मसला तो चोन मैनीफेस्टो बनाने का, बिल्कुल, कि पिछली बार नालों ऐरखा केड़ी गल नवी पाउणी जी, इन्ने झूठ बोल छड्डे आ, हुण झूठ बोलण लग्गिआ वी झूठ नूं वी शर्म आउंदी, बिल्कुल। चलो आपां छड्डीए, गांह तुरीए। बादल क्या दी सरगर्मी भी काफी आ, धर्मसोत नूं घेरी फिरदे आ, आ CBI जांच ते अगला कह ही दित्ती आ, बिल्कुल, कागज पत्रां ते CBI ने मंगा ले आ, चंडीगढ़ दे दफ्तर ने 55 करोड़ 71 लख दा मुद्दा इन्होंने उठाया सी कि SC स्कॉलरशिप जिहड़ा कपला होया, और उस टाइम ते शायद एडिशनल चीफ सैकटरी सी कृपा शंकर सरोज, उन्होंने बदलिया गया। चीफ सैकटरी ने कहा कि नहीं, धर्मसोत जी दुध धोते ने, क्लीन चिट हो गई। इस तरह हुण एक जिहड़ा मुद्दा होर उठ पिया अपना मदन लाल जलालपुर का, कि जी ये शराब के माफिया के नाल जुड़िया बंदा, मदन लाल जलालपुर जी ने मिकिया सीगा कि सानू दो हुण डिप्टी CM ला देने चाहीदे जी। पता नहीं उन्हां दा मन यह कहण लई सी कि कैप्टन साहब तो कम नहीं हुंदा, बिलकुल, कि वर्गां नूं नुमाइंदगी दिओ, कहिंदे इक दलित इक हिंदू ला दो। चलो आपां उस गल तों वी अग्गे आईए, असीं जलालपुर साहब ते कोई इल्जाम नहीं लाउंदे, उहनां दे अपने जिहड़े पुराने उहनां नाल भुगत रहे आपणे ने करदे जी ने, ओही लाउंदे, उहनां नूं जवाब जबूब दे देणगे ते असीं उहदी व्याख्या कर छड्डांगे, की ख्याल है? बिल्कुल। लेकिन जेकर मैं हुण वेखदा अकाली दल नूं जी, ते अकाली दल दे बिक्रम सिंह मजीठिया ने कल दबी दबी जबान च सिद्धू दे दुआले वाहवा डांग कढ़ी, बिल्कुल ठीक है। मैनूं लग्गिआ वी जिद्दां सिद्धू नाल तां छत्ती दा अंकड़ा सदा बिक्रम मजीठिया दा रहा, नहीं मैं तुहाडा नाल सहमत नहीं होण लगा पूरी तरहां, नहीं होणा वी नहीं चाहीदा। पहली गल इह आ कि नवजोत सिद्धू नूं अमृतसर तों टिकट देण वाली भाजपा टिकट दिंदी है, उहनूं सपोर्ट करन वाला अकाली दल, हाँ, और अमृतसर दे विच अकाली दल दा इक्को इक नुमाइंदा बिक्रम सिंह मजीठिया, जिहड़ा उहदी हर इलैक्शन दे विच मोरी, इह मेरा वड्डा भरा, लड़ाई कित्थे होई? लड़ाई ते फिर उत्थे ही हो गई ना, कि जदों लगदा कि वड्डा भरा मजबूत हो गया ते मैं ते फिर अपने हलके तक ही रह गया। नहीं ते ओ गल तां फिर इही है ना, हुण जदों इन्ने जोर पा के दबा पा के भाईवालां दे उत्ते उहनूं भाजपा चों कढ़िया, कांग्रेस चाया, हुण कांग्रेस नूं दसणा बणदा वी असीं कढ़िया भाई, तुसीं ना रखो इहनूं। अच्छा, नहीं रौला ते इहो ही रह गया। सरदार साहब, जदों अगलियां ने सिद्धू सजा लिया, बिल्कुल, सिद्धू नूं चेहरा पंजाब दा बना लिया जी, ਹੁਣ ਕਿਹੜੇ ਭਾਵ ਵਿਕਦੀ ਪਈ ਆ? ਗੱਲ ਇਹ ਆ, ਕਹਿੰਦੇ ਹੁੰਦੇ ਕਿ ਪ੍ਰਧਾਨ ਨੂੰ ਕ੍ਰਿਟੀਸਾਈਜ਼ ਪ੍ਰਧਾਨ ਕਰੇ, ਲੇਕਿਨ ਇੱਥੇ ਜੰਡਿਆਲੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਉਹ ਕਈ ਗੱਲਾਂ ਕੀਤੀਆਂ, ਚਲੋ ਉਹਨਾਂ 'ਚ ਮੈਂ ਗਾਹ ਨਹੀਂ ਜਾਂਦਾ, ਸਾਰਿਆਂ ਨੇ ਸੁਣ ਹੀ ਲਈਆਂ, ਵੀਡੀਓਜ਼ ਅੱਜ ਕੱਲ੍ਹ ਬੜੀਆਂ ਵੱਧ ਜਾਂਦੀਆਂ। ਮੈਨੂੰ ਇਹੀ ਲੱਗਿਆ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਹਮਲੇ 'ਤੇ ਲਾਇਆ ਗਿਆ ਸਿੱਧੂ ਦੇ। ਤੁਸੀਂ ਬਿਕਰਮ ਸਿੰਘ ਮਜੀਠੀਆ ਨੂੰ ਸੁਖਬੀਰ ਬਾਦਲ ਦੀ ਜਗ੍ਹਾ 'ਤੇ ਕਿਉਂ ਨਹੀਂ ਵੇਖ ਰਹੇ? ਇੰਝ ਵੇਖਿਆ ਜਾ ਸਕਦਾ, ਜਦੋਂ ਵੀ ਦੋਸ਼ ਲੱਗੇ ਨੇ, ਮਾਫ ਕਰਨਾ, ਜਦੋਂ ਵੀ ਕਿਸੇ ਨੇ ਦੋਸ਼ ਲਾਏ ਨੇ, ਚਾਹੇ ਸੁਖਦੇਵ ਸਿੰਘ ਢੀਂਡਸਾ, ਜਿੰਨੇ ਵੀ ਬਾਹਰ ਬੈਠੇ ਨੇ, ਆ ਬ੍ਰਹਮਪੁਰਾ ਸਾਹਿਬ ਕਹਿੰਦੇ ਜੀ ਨਹੀਂ, ਦੋਨੇ ਇੱਕੋ ਜਗ੍ਹਾ ਸੀ ਨੁਕਸਾਨ ਕਰਨ ਦੇ ਵਿੱਚ, ਫੈਸਲੇ ਲੈਣ 'ਚ ਦੋਨੇ ਇਕੱਠੇ ਸੀ, ਹੈ ਇੱਕੋ ਹੀ ਚਿਹਰਾ ਹੈ, ਇੱਕੋ ਹੀ ਆ, ਤਾਕਤ ਇੱਕੋ ਹੀ ਆ, ਤੁਸੀਂ ਦੋ ਚਿਹਰਿਆਂ ਵਾਂਗੂ ਵੇਖ ਲਿਓ। ਅੱਛਾ, ਤੁਹਾਡਾ ਮਤਲਬ ਕਿ ਸੁਖਬੀਰ ਸਿੰਘ ਬਾਦਲ ਨੇ ਬੋਲਿਆ ਜਾਂ ਬਿਕਰਮ ਸਿੰਘ ਨੇ ਬੋਲਿਆ, ਫਰਕ ਤਾਂ ਕੋਈ ਨਹੀਂ? ਬਸ ਹੁਣ ਤੁਸੀਂ ਉਹੀ ਗੱਲ ਆ ਗਏ ਨਾ, ਇਹਨਾਂ ਦੀ ਰੀਸ ਕਾਂਗਰਸ ਨੇ ਕੀਤੀ ਆ। ਅੱਛਾ, ਉਹ ਕਿੱਦਾਂ? ਕੈਪਟਨ ਸਾਹਿਬ ਆਪਣੇ ਮੂੰਹ ਨਾਲ ਬੋਲਣ, ਨਵਜੋਤ ਸਿੰਘ ਸਿੱਧੂ ਆਪਣੇ ਮੂੰਹ ਨਾਲ ਬੋਲੇ,
ਦੋਨਾਂ ਨੇ ਇੱਕ ਦੂਜੇ ਦਾ ਕੰਮ ਨਹੀਂ ਕਰਨਾ। ਮਤਲਬ ਉਹ ਕਹਿੰਦੇ ਜੀ ਪ੍ਰਧਾਨ ਤੇ ਮੁੱਖ ਮੰਤਰੀ ਸਦਾ ਇੱਕੋ ਹੀ ਤਰ੍ਹਾਂ ਦੇ ਦਿਸਦੇ ਰਹੇ ਆ, ਬਿਲਕੁਲ ਐਰਕਾ ਵੱਖ ਵੱਖ ਦੇ ਸਨ, ਐਤਕੀ ਵੱਖ ਵੱਖ ਤੇ ਦੋਨੇ ਬੋਲਣ, ਉਹਨਾਂ ਨੇ ਪਾਰਟੀ ਦਾ ਕੰਮ ਦੇਖਣਾ, ਇਹਨਾਂ ਨੇ ਪਾਰਟੀ ਵਿਰੋਧੀਆਂ ਦਾ ਕੰਮ ਦੇਖਣਾ। ਆ ਵਾਹ ਵਾਹ ਵਾਹ, ਚਲੋ ਖੈਰ ਅਗਲੇ ਦਿਨਾਂ ਦੇ ਵਿੱਚ ਰੌਣਕ ਵਧੂ। ਹਾਂ ਰੌਣਕ ਵਧੂ, ਬਿਲਕੁਲ ਬਿਲਕੁਲ, ਰੌਣਕ ਦੇ ਨਾਲ ਨਾਲ ਜੇ ਕੰਮ ਵੀ ਹੋਵੇ ਚੰਗਾ, ਬਿਲਕੁਲ। ਅੱਛਾ ਮੈਨੂੰ ਹੁਣ ਇਹ ਦੱਸਿਓ, ਆਮ ਆਦਮੀ ਪਾਰਟੀ, ਕਿਉਂਕਿ ਦੇਖੋ ਜੇ ਧਰਮਸੋਤ ਦੇ ਖਿਲਾਫ ਯੂਥ ਵਾਲੇ, ਐਸ ਓ ਆਈ ਵਾਲੇ ਜਾਂ ਬਾਕੀ ਅਕਾਲੀਆਂ ਦੇ ਲੱਗੇ ਹੋ ਗਏ, ਸਿੱਧੇ ਲੱਗੇ ਹੋਏ ਆ, ਵਿਰੋਧ ਹੋਣ ਡੇ ਆ, ਮਤਲਬ ਹੁਣ ਇਹ ਦੂਜੀ ਧਿਰ ਦੀ ਲੜਾਈ ਹੋ ਰਹੀ ਆ ਕਿ ਦੂਜੀ ਕੌਣ ਤੇ ਤੀਜੀ ਕੌਣ? ਤੁਹਾਨੂੰ ਲੱਗ ਰਿਹਾ ਪੰਜਾਬ ਚ ਹੁਣ ਯੁੱਧ ਇਸ ਗੱਲ ਦਾ? ਬਿਲਕੁਲ, ਕਿ ਵਿਰੋਧੀ ਕੌਣ ਤੇ ਉਸ ਤੋਂ ਪਿਛਲਾ ਵਿਰੋਧੀ ਕੌਣ? ਬਿਲਕੁਲ ਠੀਕ, ਇਹ ਲੜਾਈ ਚੱਲ ਪਈ। ਆਮ ਆਦਮੀ ਪਾਰਟੀ ਜਿਹੜੀ ਸਿੱਧੂ ਦੇ ਪੱਕੇ ਪੈਰੀ ਹੋਣ ਤੋਂ ਪਹਿਲਾਂ ਇਹ ਸੋਚਦੀ ਸੀ ਕਿ ਸਿੱਧੂ ਦੇਰ ਸਵੇਰ ਆਏ ਕਿ ਆਏ, ਹੁਣ ਉਹਨਾਂ ਦੀ ਸਥਿਤੀ ਥੋੜੀ ਜਿਹੀ ਡਾਵਾਂਡੋਲ ਲੱਗੀ। ਉਹਨਾਂ ਨੂੰ ਇੱਕ ਡਰ, ਇਹ ਖਦਸ਼ਾ ਹੋਰ ਵੀ ਹੈ ਨਾ ਕਿ ਇਸ ਵੇਲੇ ਉਹਦੇ ਕੋਲ ਵੀ ਮੈਂਬਰ ਨੇ ਵਿਧਾਨ ਸਭਾ ਚ, ਜਿੱਦਣ ਇਹ ਛਿਆਂ ਦਾ ਫੈਸਲਾ ਹੋ ਗਿਆ ਜਿਹੜਾ ਉਹ ਹਾਈਕੋਰਟ ਚ ਰਿੱਟ ਗਈ ਆ, ਸਪੀਕਰ ਸਾਹਿਬ ਨੇ ਛਿਆਂ ਦੇ ਖਿਲਾਫ਼ ਫੈਸਲਾ ਲਿਆ ਤੇ ਫਿਰ 14 ਉਹਨਾਂ ਦੇ ਰਹਿ ਜਾਣੇ, 13 ਉਹਨਾਂ ਦੇ ਰਹਿ ਜਾਣੇ। ਨਹੀਂ ਸਰ ਨਹੀਂ, ਤੁਹਾਨੂੰ ਯਾਦ ਹੈ 20 ਸੀ ਟੋਟਲ, ਫੂਲਕਾ ਸਾਹਿਬ ਅਸਤੀਫਾ ਦੇ ਕੇ ਰਹਿ ਗਏ ਸੀ 19। ਹਾਂ ਤੇ 19 ਚੋਂ ਬਾਕੀ 6 ਹੋਰ ਕੱਢ ਦੋ ਫਿਰ। 6 ਨੇ? 6 ਨੇ। ਓਕੇ, ਇਹਦਾ ਮਤਲਬ ਫਿਰ ਬਰਾਬਰ ਬਰਾਬਰ? ਮੈਂ ਤਾਂ ਉਹੀ ਗੱਲ ਕਹੀ, ਹੁਣ ਤੇ ਵੱਡਾ ਛੋਟੇ ਵਾਲਾ ਕੰਮ ਹੀ ਨਹੀਂ ਰਿਹਾ। ਫਿਰ ਮੈਚ ਕਿਵੇਂ ਹੋਊਗਾ ਟਾਸ ਤੇ? ਨਾ, ਜਿਹੜਾ ਪਹਿਲਾਂ ਦਾਲ ਆ ਗਿਆ, ਜਿਹਨੂੰ ਗਵਰਨਰ ਨੇ ਮੰਨ ਲਿਆ, ਬਿਲਕੁਲ ਸਵੇਰੇ ਅਖਬਾਰ ਚ ਖਬਰ ਛਪੀ, ਦੁਪਹਿਰ ਨੂੰ ਰੋਸ ਧਰਨਾ ਮੁਜ਼ਾਹਰਾ, ਜਿੰਦਾਬਾਦ ਮੁਰਦਾਬਾਦ। ਅਜੇ ਆਮ ਆਦਮੀ ਪਾਰਟੀ ਵਾਲਿਆਂ ਨੇ ਨਹੀਂ ਅਖਬਾਰ ਪੜ੍ਹੀ ਹੋਏਗੀ ਫਿਰ। ਅੱਛਾ, ਨਹੀਂ ਤੁਹਾਡਾ ਮਤਲਬ ਹੈ ਕਿ ਕਿਤੇ ਰਾਣਾ ਕੇਪੀ ਜਿਹੜੇ ਰਾਹੁਲ ਗਾਂਧੀ ਨੂੰ ਮਿਲ ਰਹੇ ਆ, ਕਿਤੇ ਇਹ ਵੀ ਤਾਂ ਨੀ ਸ਼ਾਇਦ ਉਹਨਾਂ ਦਾ ਮਨ ਹੋਵੇ ਕਿ ਸਹਿਮਤੀ ਲੈ ਲਈਏ ਕਿ ਕੱਢ ਦਈਏ ਕਿ ਰੱਖ ਲਈਏ, ਛੇਤੀ ਕੱਢ ਦਈਏ ਕਿ ਡਿਲੇ ਕਰ ਲਈਏ, ਵਿਰੋਧੀ ਧਿਰ ਦਾ ਆਗੂ ਕਿਹੜੇ ਪਾਸਿਓਂ ਜਾਣਾ? ਬਿਲਕੁਲ, ਇਹ ਵੀ ਤਾਂ ਸਲਾਹ ਹੋ ਸਕਦੀ ਹੈ। ਬਿਲਕੁਲ ਸਹੀ ਗੱਲ, ਜਦੋਂ ਥੱਲੇ ਲੜਾਈ ਆ ਉਹ ਕਹਿੰਦੇ ਹੁਣ ਕੈਪਟਨ ਸਾਹਿਬ ਦੀ ਜੇ ਉੱਤੇ ਸਲਾਹਕਾਰ ਆਉਂਦੇ ਆ, ਬਹਾਨੇ ਨਾਲ ਨਾਲੇ ਉੱਥੋਂ ਚਾਹ ਪੀਵਾਂਗੇ ਵੱਡੇ ਗਲਿਆਰਿਆਂ ਚੋਂ। ਖੈਰ ਇਹ ਖਬਰਾਂ ਨੇ ਬ੍ਰਹਮਤ ਹੈ, ਇੱਧਰੋਂ ਫੜ ਲਓ ਇੱਧਰੋਂ ਫੜ ਲਓ, ਜਮ੍ਹਾਂ ਜੋੜ ਕਰਕੇ ਦਿਸਦਾ ਉਹੀ ਆ ਜਿਹੜਾ ਕਈ ਵਾਰ ਅੰਦਰ ਟੁੱਟ ਭੱਜ ਆਉਂਦੀ ਹੁੰਦੀ। ਜੇ ਖਬਰ ਨੂੰ ਸਿੱਧੇ ਪਾਸਿਓਂ ਲੈਂਦੇ ਹਾਂ ਤਾਂ ਉਹ ਬੜੀ ਸਿੱਧੀ ਸਿੱਧੀ ਲੱਗਦੀ ਹੈ, ਜੇ ਉਹਨੂੰ ਉਲਟੇ ਦਿਸ਼ਾ 'ਚ ਲੈਣਾ ਸ਼ੁਰੂ ਕਰ ਦਿਓ ਤਾਂ ਦਿਲਚਸਪ ਹੋ ਜਾਂਦੀ। ਇੱਕ ਸਾਡੀ ਚਿੰਤਾ ਇਹੋ ਹੀ ਹੈ ਕਿ ਭਾਈ ਆਪਸ ਵਿੱਚ 100 ਵਾਰ ਲੜੋ, ਲੜੋ ਲੜੋ ਪੱਕਾ, 1000 ਡਰਾਮਾ ਕਰੋ, ਲੇਕਿਨ ਘੱਟੋ ਘੱਟ ਇਸ ਖਿੱਚ ਧੂ ਦੇ ਵਿੱਚ ਪੰਜਾਬ ਦਾ ਨੁਕਸਾਨ ਨਾ ਕਰੋ। ਨਹੀਂ, ਹੋ ਪੰਜਾਬ ਦਾ ਨੁਕਸਾਨ ਲੜਾਈ ਦੇ ਵਿੱਚ ਘੱਟ ਹੋਣਾ ਹੈ। ਏਦਾਂ ਹੀ ਹੁੰਦਾ, ਜਦੋਂ ਸਾਨ ਲੜਦੇ ਨੇ ਨਾ ਤੇ ਫਿਰ ਆਮ ਬੰਦਿਆਂ ਦਾ ਨੁਕਸਾਨ ਹੁੰਦਾ। ਆ ਸਾਨ ਲੜਨ ਤੇ ਜੇ ਇੱਕ ਦਿਨ ਦੇ ਫਾਟਿਆਂ ਦੇ ਭੇੜ 'ਚ ਕਹਿੰਦੇ ਵੀ ਆਮ ਬੰਦਾ ਦਾ ਨੁਕਸਾਨ ਹੋ ਜਾਂਦਾ, ਸਾਨਾਂ ਦਾ ਭੇੜ ਹੈ ਬਚ ਕੇ, ਭੇੜ ਕਹਿ ਲਓ ਝੂਟਿਆਂ ਦਾ ਕਹਿ ਲਓ ਹੈ ਤੇ। ਖੈਰ ਸਾਡੇ ਹਾਸੇ ਦੇ ਵਿੱਚ ਇਹ ਨਾ ਸਮਝਿਓ ਕਿ ਸਾਡੀ ਸੰਜੀਦਗੀ 'ਚ ਕੋਈ ਕਸਰ ਹੈ, ਦਰਅਸਲ ਸਿਆਸਤ ਦਾ ਮੁਹਾਂਦਰਾ ਚਿਹਰਾ ਮੁਹਰਾ ਇਹੋ ਜਿਹਾ ਹੋ ਜਾਂਦਾ, ਬੰਦੇ ਦੇ ਚਿਹਰੇ ਤੇ ਮੁਸਕਾਨ ਆ ਜਾਂਦੀ ਹੈ, ਲੇਕਿਨ 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 ਸਟੇਟ ਨੂੰ ਬਿਹਤਰ ਸੋਚਣ ਵਾਲੇ ਲੀਡਰ ਦਰਕਾਰ ਨੇ। ਦੇਰ ਹੋ ਗਈ, ਕੋਈ ਐਸਾ ਆਗੂ ਨਹੀਂ ਮਿਲਿਆ ਜਿਹੜਾ ਲੀਕ ਖਿੱਚ ਕੇ ਕਵੇ ਕਿ ਜਿੱਦਾਂ ਉਹ ਕਹਿੰਦੇ ਹੁੰਦੇ ਸੀ, ਮੈਂ ਮਰਾਂ ਪੰਥ ਜੀਵੇ, ਕੋਈ ਕਵੇ ਕਿ ਮੈਂ ਮਰਾਂ ਪੰਜਾਬ ਜੀਵੇ, ਭੁੱਖ ਵਸੇ। ਮਿਹਰਬਾਨੀ।